ਗੀਤਾ ਦੀਦੀ, ਤੁਹਾਡੇ ਨਾਲ ਮੇਲੇ ਵਿੱਚ ਬਹੁਤ ਵਧੀਆ ਮੁਲਾਕਾਤ ਰਹੀ। ਹੁਣ ਮੈਂ ਡਿਜੀਟਲ ਤਰੀਕਿਆਂ ਬਾਰੇ ਬਹੁਤ ਕੁਝ ਜਾਣ ਗਿਆ। ਧੰਨਵਾਦ ਰੋਹਨ, ਮੈਨੂੰ ਤੁਹਾਡੀ ਮਦਦ ਕਰਕੇ ਖੁਸ਼ੀ ਹੋਈ। ਮੈਂ ਜਾਣਦਾ ਹਾਂ ਇੰਟਰਨੈਟ ਅੱਜਕੱਲ ਬਹੁਤ ਫਾਇਦੇਮੰਦ ਹੈ। ਮੈਂ ਚਾਹੁੰਦਾ ਕਿ ਜੇ ਤੁਹਾਡੇ ਕੋਲ ਥੋੜਾ ਜਿਹਾ ਸਮਾਂ ਹੋਰ ਹੋਵੇ ਤਾਂ ਤੁਸੀਂ ਮੈਨੂੰ ਇੰਟਰਨੈਟ ਬਾਰੇ ਕੁਝ ਜ਼ਿਆਦਾ ਦੱਸ ਸਕਦੇ ਹੋ। ਹਾਂ, ਮੈਨੂੰ ਸੋਚਣ ਦਿਓ। ਓ ਹਾਂ, ਮੈਂ ਕੱਲ ਖਾਲੀ ਹਾਂ। ਮੈਂ ਕੱਲ ਪੱਕਾ ਤੁਹਾਡੇ ਘਰ ਆਵਾਂਗੀ ਅਤੇ ਤੁਹਾਨੂੰ ਇੰਟਰਨੈਟ ਬਾਰੇ ਪੜ੍ਹਾਵਾਂਗੀ। ਵਾਹ, ਤੁਸੀਂ ਬਹੁਤ ਚੰਗੇ ਹੋ। ਮੈਂ ਕੱਲ ਪੱਕਾ ਤੁਹਾਡੀ ਆਪਣੇ ਘਰ ਵਿੱਚ ਉਡੀਕ ਕਰਾਂਗਾ। ਠੀਕ ਹੈ, ਫਿਰ ਕੱਲ ਮਿਲਦੇ ਹਾਂ। ਸਤਿ ਸ੍ਰੀ ਅਕਾਲ ਦੀਦੀ, ਕਿਰਪਾ ਕਰਕੇ ਅੰਦਰ ਆਓ। ਮੈਨੂੰ ਬੜੀ ਖੁਸ਼ੀ ਹੋਈ ਕਿ ਤੁਸੀਂ ਮੇਰੇ ਘਰ ਆਏ। ਦੀਦੀ, ਤੁਸੀਂ ਦੱਸਿਆ ਸੀ ਕਿ ਅੱਜ ਕੱਲ ਇੰਟਰਨੈਟ ਦਾ ਇਸਤੇਮਾਲ ਹਰ ਥਾਂ ਉੱਤੇ ਹੋਣ ਲੱਗ ਪਿਆ ਹੈ ਅਤੇ ਇਸ ਨਾਲ ਜ਼ਿੰਦਗੀ ਬਹੁਤ ਸੌਖੀ ਹੋ ਗਈ ਹੈ। ਕੀ ਤੁਸੀਂ ਮੈਨੂੰ ਹੁਣ ਇੰਟਰਨੈਟ ਬਾਰੇ ਹੋਰ ਜ਼ਿਆਦਾ ਦੱਸ ਸਕਦੇ ਹੋ? ਪੱਕਾ ਰੋਹਨ, ਅੱਜ ਮੈਂ ਤੁਹਾਨੂੰ ਸਹਿਯੋਗ ਕਰਨ ਲਈ ਇੱਥੇ ਹਾਂ। ਪਹਿਲਾਂ ਮੈਂ ਤੁਹਾਨੂੰ ਵਰਣਨ ਕਰਦੀ ਹਾਂ ਕਿ ਇੰਟਰਨੈਟ ਕੀ ਹੈ। ਇੰਟਰਨੈਟ ਕੰਪਿਊਟਰ ਦਾ ਗੋਲ ਨੈੱਟਵਰਕ ਹੈ ਜਿਹੜਾ ਸੰਸਾਰ ਭਰ ਦੇ ਕਰੋੜਾਂ ਕੰਪਿਊਟਰਾਂ ਨੂੰ ਜੋੜਦਾ ਹੈ। ਇੰਟਰਨੈਟ ਪੂਰੇ ਸੰਸਾਰ ਵਿੱਚ ਲੋਕਾਂ ਨੂੰ ਸੂਚਨਾ ਅਤੇ ਡਾਟਾ ਦੇ ਲੈਣ ਦੇਣ ਦੀ ਇਜਾਜ਼ਤ ਦਿੰਦਾ ਹੈ। ਇੰਟਰਨੈਟ ਦੇ ਜ਼ਰੀਏ ਤੁਸੀਂ ਸੰਸਾਰ ਦੇ ਕਿਸੇ ਵੀ ਹਿੱਸੇ ਵਿੱਚ ਕੋਈ ਸੂਚਨਾ ਜਾਂ ਸੁਨੇਹਾ ਸਕਿੰਟਾਂ ਵਿੱਚ ਭੇਜ ਸਕਦੇ ਹੋ। ਆਓ ਇੰਟਰਨੈਟ ਦੀਆਂ ਕੁਝ ਅਰਜ਼ੀਆਂ ਬਾਰੇ ਸਿੱਖੀਏ। ਇੰਟਰਨੈਟ ਦੇ ਵੱਖ-ਵੱਖ ਖੇਤਰਾਂ ਵਿੱਚ ਕਈ ਫਾਇਦੇ ਹਨ। ਉਹਨਾਂ ਵਿੱਚੋਂ ਕੁਝ ਇਹ ਹਨ। ਦੂਰ ਸੰਚਾਰ ਦੇ ਮਾਮਲਿਆਂ ਵਿੱਚ ਇਲੈਕਟ੍ਰੋਨਿਕ ਮੇਲ ਦਾ ਇਸਤੇਮਾਲ ਕਰਦੇ ਹੋਏ ਇੰਟਰਨੈਟ ਸੁਨੇਹੇ ਭੇਜਣ ਅਤੇ ਪ੍ਰਾਪਤ ਕਰਨ ਵਿੱਚ ਇਸਤੇਮਾਲ ਹੁੰਦਾ ਹੈ। ਵੱਖਰੇ-ਵੱਖਰੇ ਸੈਕਟਰਾਂ ਅਤੇ ਖੇਤਰਾਂ ਵਿੱਚ ਨੌਕਰੀ ਦੀ ਉਪਲਬਧਤਾ ਸੰਬੰਧੀ ਸੂਚਨਾ ਦੇਣ ਵਿੱਚ ਇੰਟਰਨੈਟ ਮਦਦ ਕਰਦਾ ਹੈ। ਨੌਕਰੀ ਵਾਸਤੇ ਲੋਕੀ ਇੰਟਰਨੈਟ ਉੱਤੇ ਆਨਲਾਈਨ ਆਪਣਾ ਬਾਇਓਡਾਟਾ ਸੰਪਾਦਿਤ ਕਰ ਸਕਦੇ ਹਨ। ਕਿਤਾਬਾਂ ਅਤੇ ਪੂਰੇ ਸੰਸਾਰ ਵਿੱਚ ਪੜ੍ਹਨ ਯੋਗ ਸਾਂਭੀ ਗਈ ਸਮੱਗਰੀ ਇੰਟਰਨੈਟ ਦੇ ਜ਼ਰੀਏ ਸੌਖੇ ਹੀ ਲੱਭੀ ਜਾ ਸਕਦੀ ਹੈ। ਨਵੇਂ ਵਿਸ਼ਵਕੋਸ਼ ਆਨਲਾਈਨ ਉਪਲਬਧ ਹਨ। ਸਿਹਤ ਅਤੇ ਦਵਾਈਆਂ ਦੇ ਖੇਤਰ ਵਿੱਚ ਇੰਟਰਨੈਟ ਬਹੁਤ ਸਾਰੀਆਂ ਜਾਣਕਾਰੀਆਂ ਪ੍ਰਦਾਨ ਕਰਦਾ ਹੈ। ਲੋਕੀ ਕਈ ਬਿਮਾਰੀਆਂ ਬਾਰੇ ਜਾਣਕਾਰੀ ਲੈ ਕੇ ਫਿਰ ਮਦਦ ਵੀ ਲੈ ਸਕਦੇ ਹਨ। ਵੱਖ-ਵੱਖ ਸੈਰ ਸਪਾਟਿਆਂ ਦੀਆਂ ਥਾਵਾਂ ਬਾਰੇ ਕੋਈ ਵੀ ਇੰਟਰਨੈਟ ਉੱਤੇ ਸੂਚਨਾ ਲੈ ਸਕਦਾ ਹੈ। ਇਸ ਨੂੰ ਛੁੱਟੀਆਂ ਦੀ ਸੈਰ, ਹੋਟਲ, ਰੇਲ ਅਤੇ ਹਵਾਈ ਜਹਾਜ਼ ਦੀ ਬੁਕਿੰਗ ਕਰਾਉਣ ਵਿੱਚ ਵੀ ਇਸਤੇਮਾਲ ਕੀਤਾ ਜਾਂਦਾ ਹੈ। ਦੀਦੀ, ਅਸੀਂ ਆਪਣੇ ਕੰਪਿਊਟਰ ਵਿੱਚ ਇੰਟਰਨੈਟ ਕਿਵੇਂ ਲਾ ਸਕਦੇ? ਇੰਟਰਨੈਟ ਨੂੰ ਜੋੜਨ ਲਈ ਤੁਹਾਨੂੰ ਕੁਝ ਤਰੀਕਿਆਂ ਅਤੇ ਨੈੱਟਵਰਕ ਸੇਵਾ ਪ੍ਰਦਾਨ ਕਰਨ ਵਾਲਿਆਂ ਦੀ ਲੋੜ ਪਵੇਗੀ। ਇੰਟਰਨੈਟ ਨਾਲ ਜੁੜਨ ਲਈ ਇਹ ਕੁਝ ਤਰੀਕੇ ਹਨ। ਡਾਇਲ ਅਪ ਕਨੈਕਸ਼ਨ, ਇੰਟਰਗ੍ਰੇਟਿਡ ਸਰਵਿਸਿਸ, ਡਿਜੀਟਲ ਨੈੱਟਵਰਕ, ਡਾਇਰੈਕਟ ਇੰਟਰਨੈਟ ਐਕਸੈਸ, ਡਿਜੀਟਲ ਸਬਸਕ੍ਰਾਈਬਰ ਲਾਈਨ, ਇੰਟਰਗ੍ਰੇਟਿਡ ਸਰਵਿਸ, ਡਿਜੀਟਲ ਨੈੱਟਵਰਕ, ਡਾਇਲ ਅਪ ਜੋੜ ਇੰਟਰਨੈਟ ਨੂੰ ਜੋੜਨ ਵਾਸਤੇ ਟੈਲੀਫੋਨ ਲਾਈਨ ਦਾ ਇਸਤੇਮਾਲ ਕਰਦਾ ਹੈ। ਕੰਪਿਊਟਰ ਮੋਡਮ ਇਸਤੇਮਾਲ ਕਰਦਾ ਹੈ ਅਤੇ ਘਰ ਦੀ ਫੋਨ ਲਾਈਨ ਨੂੰ ਇਸ ਵਿੱਚ ਜੋੜਦਾ ਹੈ। ਇੰਟਰਨੈਟ ਸੇਵਾ ਪ੍ਰਦਾਤਾ ਮੋਡਮ ਤੋਂ ਕਾਲ ਕੀਤੀ ਜਾਵੇਗੀ ਅਤੇ ਇੰਟਰਨੈਟ ਤਾਈਂ ਪਹੁੰਚਣ ਲਈ ਇਹ ਲਿੰਕ ਬਣਾਉਣ ਵਿੱਚ ਸਮਰੱਥ ਹੋਵੇਗੀ। ਇਹ ਇੰਟਰਨੈਟ ਜੋੜਨ ਲਈ ਪਹਿਲਾ ਰਸਤਾ ਹੈ। ਡਿਜੀਟਲ ਸਬਸਕ੍ਰਾਈਬਰ ਲਾਈਨ ISDN ਡਾਇਲ ਅਪ ਵਾਂਗੂ ਹੈ, ਪਰ ਇਹ ਡਿਜੀਟਲ ਫੋਨ ਲਾਈਨਾਂ ਨਾਲ ਜੋੜਨ ਦਾ ਪ੍ਰਸਤਾਵ ਦਿੰਦਾ ਹੈ। ਇਹ ਫੋਨ ਅਤੇ ਇੰਟਰਨੈਟ ਦੋਵੇਂ ਇੱਕੋ ਸਮੇਂ ਵਿੱਚ ਇਸਤੇਮਾਲ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ਨੈੱਟਵਰਕ ਨੂੰ ਇਸਤੇਮਾਲ ਕਰਨ ਲਈ ਤੁਹਾਨੂੰ ਬਾਹਰੋਂ ਮੋਡਮ ਦੀ ਲੋੜ ਪਵੇਗੀ। ISDN ਪਬਲਿਕ ਟੈਲੀਫੋਨ ਨੈੱਟਵਰਕ ਉੱਤੇ ਵੱਡਾ ਬੈਂਡਵਿਡਥ ਡਿਜੀਟਲ ਪ੍ਰਸਾਰਣ ਦੇਣ ਵਿੱਚ ਸਮਰੱਥ ਹੈ। ਇਸ ਦਾ ਮਤਲਬ ਹੈ ਕਿ ਇੱਕੋ ਸਮੇਂ ਵਿੱਚ ਹੋਰ ਬਹੁਤ ਸਾਰੇ ਡਾਟਾ ਭੇਜੇ ਜਾ ਸਕਦੇ ਹਨ। ਸਿੱਧੇ ਜੋੜ ਲਈ ਇੰਟਰਨੈਟ ਉੱਤੇ ਲੌਗ ਆਨ ਜਾਂ ਦੂਜੇ ਕਿਸੇ ਨੈੱਟਵਰਕ ਲਈ ਆਇਲੰਗ ਦੀ ਲੋੜ ਨਹੀਂ ਹੈ। ਸਥਾਈ ਤੌਰ ਉੱਤੇ ਬੈਂਡਵਿਡਥ ਦੀ ਉਪਲਬਧਤਾ ਅਤੇ ਨੇੜਲੇ ਸਥਿਰ ਛੁਪਾਊ ਲਈ ਸੇਵਾਵਾਂ ਪ੍ਰਸਤਾਵਿਤ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਦੇ ਇਹ ਗੁਣ ਹਨ। ਜ਼ਿਆਦਾ ਪਬਲਿਕ ਪਲੇਟਫਾਰਮਾਂ ਉੱਤੇ ਗਾਰੰਟੀ ਨਹੀਂ ਹੈ। DSI
ਜਾਂ ਬ੍ਰੌਡਬੈਂਡ ਬਹੁਤ ਤੇਜ਼ ਚਾਲ ਦੀ ਇੰਟਰਨੈਟ ਸੇਵਾ ਹੈ, ਜਿਵੇਂ ਕੇਬਲ ਇੰਟਰਨੈਟ ਹੈ। ਡੀਐਸਐਲ ਤਕਨੀਕ ਇੰਟਰਨੈਟ ਅਤੇ ਟੈਲੀਫੋਨ ਨੂੰ ਇੱਕੋ ਫੋਨ ਲਾਈਨ ਉੱਤੇ ਕੰਮ ਕਰਨ ਦੀ ਇਜਾਜ਼ਤ ਦਿੰਦੀ ਹੈ। ਇਹਦੇ ਲਈ ਗ੍ਰਾਹਕ ਨੂੰ ਕੰਮ ਕਰਦੇ ਹੋਏ ਨਾ ਆਪਣੀ ਫੋਨ ਦੀ ਆਵਾਜ਼ ਕੱਟਣੀ ਪੈਂਦੀ ਹੈ ਅਤੇ ਨਾ ਹੀ ਇੰਟਰਨੈਟ ਦੀ ਜੋੜ। ਡੀਐਸਐਲ ਇੰਟਰਨੈਟ ਸੇਵਾਵਾਂ ਆਰੰਭ ਵਿੱਚ ਘਰਾਂ ਅਤੇ ਛੋਟੇ ਵਪਾਰੀਆਂ ਲਈ ਇਸਤੇਮਾਲ ਵਿੱਚ ਲਿਆਂਦੀਆਂ ਜਾਂਦੀਆਂ ਹਨ। ਇੰਟਰਨੈਟ ਤੱਕ ਪਹੁੰਚਣ ਵਾਸਤੇ ਤੁਹਾਨੂੰ ਕੰਪਿਊਟਰ ਵਿੱਚ ਮੁੱਢਲੇ ਤਿੰਨ ਤੱਤ ਚਾਹੀਦੇ ਹੁੰਦੇ ਹਨ, ਮੋਡਮ, ਇੰਟਰਨੈਟ ਦੀ ਸੇਵਾ ਦੇਣ ਵਾਲਾ ਅਤੇ ਬਰਾਊਜ਼ਰ। ਮੋਡਮ ਇਸ ਤਰ੍ਹਾਂ ਦਾ ਤਰੀਕਾ ਹੈ ਜਿਹੜਾ ਕੰਪਿਊਟਰਾਂ ਨੂੰ ਡਾਟਾ ਪ੍ਰਾਪਤ ਕਰਨ ਅਤੇ ਭੇਜਣ ਦੀ ਇਜਾਜ਼ਤ ਦਿੰਦਾ ਹੈ। ਇਹ ਉਹ ਤਰੀਕਾ ਹੈ ਜਿਹੜਾ ਇੰਟਰਨੈਟ ਨੂੰ ਕੰਪਿਊਟਰ ਨਾਲ ਜੋੜਦਾ ਹੈ। ਇੰਟਰਨੈਟ ਸਰਵਿਸ ਪ੍ਰੋਵਾਈਡਰ ਜਾਂ ISP ਇੱਕ ਕੰਪਨੀ ਹੈ ਜਿਹੜੀ ਇੰਟਰਨੈਟ ਤੱਕ ਪਹੁੰਚ ਪ੍ਰਦਾਨ ਕਰਦੀ ਹੈ। ਬਰਾਊਜ਼ਰ ਇੱਕ ਸਾਫਟਵੇਅਰ ਹੈ ਜਿਹੜਾ ਕੰਪਿਊਟਰ ਉੱਤੇ ਮੁੜ ਪ੍ਰਾਪਤੀ ਕਰਦਾ ਹੈ, ਪੇਸ਼ ਕਰਦਾ ਹੈ ਅਤੇ ਸੂਚਨਾ ਨੂੰ ਚਲਾਉਂਦਾ ਹੈ। ਇੰਟਰਨੈਟ ਤੇ ਕੁਝ ਲੋਕ ਪਾਉਂਦੇ ਬਰਾਊਜ਼ਰ ਹਨ, ਐਕਸਪਲੋਰਰ, ਮੋਜ਼ਿਲਾ ਫਾਇਰਫੌਕਸ, ਗੂਗਲ ਕਰੋਮ ਅਤੇ ਸਫਾਰੀ। ਤੁਸੀਂ ਇੰਟਰਨੈਟ ਨੂੰ ਤਾਰਾਂ ਨਾਲ ਜਾਂ ਤਾਰਾਂ ਦੇ ਬਗੈਰ ਵੀ ਜੋੜ ਸਕਦੇ ਹੋ। ਕੰਪਿਊਟਰ ਜਿਹੜਾ ਬਗੈਰ ਤਾਰ ਦੀ ਤਕਨੀਕ ਦੇ ਸਮਰਥਨ ਕਰਦਾ ਹੈ, ਉਸ ਕੋਲ ਵਾਈਫਾਈ ਕਾਰਡ ਹੁੰਦਾ ਹੈ। ਵਾਈਫਾਈ ਕਾਰਡ ਬਗੈਰ ਤਾਰ ਦੇ ਕੰਪਿਊਟਰ ਅਤੇ ਨੈਟਵਰਕ ਦੇ ਵਿਚਕਾਰ ਸੰਚਾਰ ਕਰਦਾ ਹੈ। ਕੁਝ ਮਿੱਤਰਾਂ ਦੇ ਮੋਬਾਈਲ ਫੋਨਾਂ ਵਿੱਚ ਇੰਟਰਨੈਟ ਦੀ ਸਹੂਲਤ ਹੈ। ਕੋਈ ਮੋਬਾਈਲ ਫੋਨ ਵਿੱਚ ਇੰਟਰਨੈਟ ਕਿਵੇਂ ਪ੍ਰਾਪਤ ਕਰ ਸਕਦਾ ਹੈ ਦੀਦੀ? ਮੋਬਾਈਲ ਫੋਨ ਉੱਤੇ ਇੰਟਰਨੈਟ ਪਹੁੰਚੇ, ਇਹਦੇ ਲਈ ਤੁਹਾਨੂੰ ਇਹਨਾਂ ਚੀਜ਼ਾਂ ਦੀ ਲੋੜ ਹੈ। ਇੱਕ ਮੋਬਾਈਲ ਫੋਨ ਜਿਹੜਾ ਇੰਟਰਨੈਟ ਦੀ ਪਹੁੰਚ ਤੱਕ ਸਮਰੱਥਾ ਰੱਖਦਾ ਹੋਵੇ। ਇੱਕ ਮੋਬਾਈਲ ਫੋਨ ਦੀ ਸੇਵਾ ਜਿਹੜਾ ਡਾਟਾ ਪ੍ਰਸਾਰਣ ਨੂੰ ਸਮਰਥਨ ਦੇਵੇ। ਮੋਬਾਈਲ ਸੇਵਾ ਪ੍ਰਦਾਤਾ ਤੋਂ ਇੱਕ ਖਾਤਾ ਜਿਸ ਨਾਲ ਡਾਟਾ ਸੈਟਿੰਗਸ ਹੋਣ ਤਾਂ ਕਿ ਫੋਨ ਉੱਤੇ ਇੰਟਰਨੈਟ ਪਹੁੰਚ ਸਕੇ। ਜੀ ਵਿੱਚ 2G, 3G ਅਤੇ 4G ਨੈਟਵਰਕ ਦੀ ਉਤਪਤੀ ਵਾਸਤੇ ਇਸਤੇਮਾਲ ਹੁੰਦੇ ਹਨ। ਜੀ ਤੋਂ ਪਹਿਲਾਂ ਵੱਡੇ ਨੰਬਰ ਦਾ ਮਤਲਬ ਹੈ ਕਿ ਇਹ ਸੂਚਨਾ ਨੂੰ ਜ਼ਿਆਦਾ ਤਾਕਤ ਨਾਲ ਭੇਜਦਾ ਅਤੇ ਪ੍ਰਾਪਤ ਕਰਦਾ ਹੈ ਅਤੇ ਇਸ ਤੋਂ ਇਲਾਵਾ ਬਗੈਰ ਤਾਰ ਦੇ ਨੈਟਵਰਕ ਦੇ ਜ਼ਰੀਏ ਕੰਮ ਕਰਨ ਦੀ ਉੱਚੀ ਸਮਰੱਥਾ ਨੂੰ ਪ੍ਰਾਪਤ ਕਰ ਸਕਦਾ ਹੈ। 2G ਨੈਟਵਰਕ ਸੰਕੁਚਿਤ ਬੈਂਡ ਡਿਜੀਟਲ ਨੈਟਵਰਕਸ ਉੱਤੇ ਆਧਾਰਿਤ ਹਨ। ਸਿਗਨਲ ਡਿਜੀਟਲ ਰੂਪ ਵਿੱਚ ਭੇਜੇ ਜਾਂਦੇ ਹਨ ਅਤੇ ਇਹ ਨਾਟਕੀ ਤੌਰ ਤੇ ਕਾਲਾਂ ਦੀ ਕਿਸਮ ਸੁਧਾਰਦਾ ਹੈ ਅਤੇ ਡਾਟਾ ਪ੍ਰਸਾਰਣ ਦੀਆਂ ਗੁੰਝਲਾਂ ਘੱਟ ਕਰਦਾ ਹੈ। ਮੋਬਾਈਲ ਨੈਟਵਰਕਸ ਦੀ 3G ਪੀੜ੍ਹੀ ਅੱਜ ਕੱਲ ਲੋਕਾਂ ਦੇ ਮਨ ਭਾ ਰਹੀ ਹੈ ਅਤੇ ਇਹ ਮੋਬਾਈਲ ਅਤੇ ਟੈਬਲੇਟ ਇਸਤੇਮਾਲ ਕਰਨ ਵਾਲਿਆਂ ਦੀ ਇੰਟਰਨੈਟ ਤੱਕ ਪਹੁੰਚ ਬਣਾ ਰਹੀ ਹੈ। 3G ਨੈਟਵਰਕ ਉੱਤੇ ਡਾਟਾ ਪ੍ਰਸਾਰਣ ਚੱਲਦੀ ਕਤਾਰ 384 KBPS ਤੋਂ 2 MBPS ਤੱਕ ਹੈ। 3G ਨੈਟਵਰਕ ਜ਼ਿਆਦਾ ਡਾਟਾ ਪ੍ਰਸਾਰਣ ਦੀ ਇਜਾਜ਼ਤ ਦਿੰਦਾ ਹੈ ਅਤੇ ਇਸ ਤੋਂ ਬਾਅਦ ਨੈਟਵਰਕ ਆਵਾਜ਼ ਅਤੇ ਦ੍ਰਿਸ਼ ਕਾਲ, ਡਾਇਲ ਪ੍ਰਸਾਰਣ, ਇੰਟਰਨੈਟ ਸਰਫਿੰਗ, ਆਨਲਾਈਨ TV, ਵੱਡੀ ਪਰਿਭਾਸ਼ਾ ਦੀਆਂ ਵੀਡੀਓ ਵੇਖਣਾ, ਖੇਡਾਂ ਖੇਡਣਾ ਅਤੇ ਹੋਰ ਬਹੁਤ ਕੁਝ ਕਰ ਸਕਦੇ ਹੋ। 3G ਉਹਨਾਂ ਇਸਤੇਮਾਲ ਕਰਨ ਵਾਲਿਆਂ ਲਈ ਵਧੀਆ ਵਿਕਲਪ ਹੈ ਜਿਨ੍ਹਾਂ ਨੂੰ ਹਮੇਸ਼ਾ ਇੰਟਰਨੈਟ ਨਾਲ ਜੁੜੇ ਰਹਿਣ ਦੀ ਲੋੜ ਹੈ। 4th ਪੀੜ੍ਹੀ ਦੇ ਮੋਬਾਈਲ ਨੈਟਵਰਕ ਹੋਰ ਬਹੁਤ ਸਾਰੀਆਂ ਮੁੱਲ ਪਾਉਣ ਵਾਲੀਆਂ ਖੂਬੀਆਂ ਪ੍ਰਦਾਨ ਕਰਦੇ ਹਨ। 3G ਦੀਆਂ ਸਾਰੀਆਂ ਸਹੂਲਤਾਂ ਦੇ ਨਾਲ ਜੋੜਦੇ ਹੋਏ ਡੇਟਾ ਪ੍ਰਸਾਰਣ ਇਸ ਵਿੱਚ ਵਿਸ਼ਵਾਸ ਕਰਦਾ ਹੈ ਕਿ ਛੱਤ ਦੇ ਜ਼ਰੀਏ ਜਾਂਦੇ ਹੋਏ ਇਸ ਦੀ ਚਾਲ ਦਾ ਦਾਇਰਾ 100 MBPS ਤੋਂ 1 GBPS ਹੋਵੇ। ਕੀ ਤੁਸੀਂ ਮੈਨੂੰ ਹੁਣ ਇਹ ਵਿਖਾ ਸਕਦੇ ਹੋ ਕਿ ਮੋਬਾਈਲ ਫੋਨ ਵਿੱਚ ਇੰਟਰਨੈਟ ਕਿਵੇਂ ਲਾਈਏ? ਹਾਂ ਰੋਹਨ, ਹੁਣ ਮੈਂ ਤੁਹਾਨੂੰ ਵਿਖਾਉਂਦੀ ਹਾਂ ਕਿ ਕੀਪੈਡ ਵਾਲੇ ਮੋਬਾਈਲ ਫੋਨ ਅਤੇ ਨਾਲ ਹੀ ਐਂਡਰਾਇਡ ਫੋਨ ਵਿੱਚ ਇੰਟਰਨੈਟ ਕਿਵੇਂ ਲਾਇਆ ਜਾਵੇ। ਇਹ ਗੱਲਾਂ ਸਾਵਧਾਨੀ ਨਾਲ ਚੇਤੇ ਰੱਖੋ। ਪਹਿਲਾਂ ਮੈਨਿਊ ਚੁਣੋ ਅਤੇ ਫਿਰ ਇੰਟਰਨੈਟ। ਹੁਣ ਹੋਮ ਪੇਜ ਖੋਲਣ ਵਾਸਤੇ ਜਾਂ ਤਾਂ ਹੋਮ ਚੁਣੋ ਜਾਂ ਹੋਮ ਸਕਰੀਨ ਵਿੱਚ 0 ਨੂੰ ਦੱਬ ਕੇ ਰੱਖੀ ਰੱਖੋ। ਅੱਗੇ ਵੈਬ ਪਤਾ ਦਾਖਲ ਕਰਨ ਲਈ ਪਤੇ ਦੀ ਚੋਣ ਕਰੋ, ਪਤਾ ਦਾਖਲ ਕਰੋ ਅਤੇ
ओके चुनो। होर अगे वेब लभण लई सर्च टर्म्स विच जाओ अते सर्च चुनो। सेवा नाल जोड़न तो बाद तुसी एदे पन्ने वेखना शुरू कर सकते हो। अपनिया वाईफाई सैटिंग्स वेखण लई सैटिंग्स विच जाओ, सैटिंग्स अते जोड़ चुनो अते फिर वाईफाई। ओ जोड़ चुनो जिस नाल तुसी जोड़ना चाहते हो। लोड़ है तां पासवर्ड दाखल करो। ए पौड़ियां हन जिन्हां उत्ते चल के तुसी एंड्रॉयड फोन नू इंटरनेट नाल जोड़ सकते हो। पहला अपने एंड्रॉयड स्मार्टफोन जां टैबलेट दे सैटिंग मेन्यू उत्ते चलो। किसी भी एंड्रॉयड तरीके विच ए एप्स मेन्यू विच जाके सैटिंग आईकॉन दे जरिए कीता जा सकता है, जां कई वारी नोटिफिकेशंस बार दे जरिए भी। हुण सैटिंग्स मेन्यू विच तुहानू बगैर तार दे अते नेटवर्क सैटिंग्स लभण दी लोड़ है। ज्यादातर तरीकियां विच मोर जां मोर सैटिंग्स बटन उत्ते क्लिक करो जिहड़ा भी उपलब्ध होवे। हुण जदों एक वारी तुसी बगैर तार दे अते नेटवर्क सैटिंग्स लब लैंदे हो, तुसी दो विकल्पां दे जरिए जोड़ सकते हो, मोबाइल इंटरनेट वाईफाई। अपने मोबाइल फोन दे जरिए इंटरनेट नाल जोड़न लई तुसी दोवें काम कर सकते हो, जां तां नोटिफिकेशंस बार नू खिचो अते मोबाइल डाटा विकल्प चुनो, जां फिर तुसी मोर सैटिंग्स विकल्प विच बगैर तार दे अते नेटवर्क्स विकल्प उत्ते आओ। इस तों बाद मोबाइल नेटवर्क्स बटन उत्ते क्लिक करो। इत्थे तुसी मोबाइल डाटा चेक बॉक्स चेक करना है। एक वारी एक क्लिक हो जांदा है तां तुहाडा फोन मोबाइल इंटरनेट प्राप्त करना शुरू कर देवेगा। एंड्रॉयड फोनां विच इत्थे भी वाईफाई सेवावां हन? किवें कोई वाईफाई सेवावां नाल जुड़ सकदा दीदी? बहुत सौखा है, मैं विखाउंदी हां किवें तुसी वाईफाई सेवावां नाल जुड़ सकते हो। पहला नोटिफिकेशन मेन्यू विच वाईफाई बटन उत्ते क्लिक करके वाईफाई विकल्पां विच जाओ। हुण तुहानूं उपलब्ध इंटरनेट लैटर बॉक्स दी एक सूची दिसेगी। जे तुसी पहलां तों ही वाईफाई नेटवर्क सेव कीता होया है तां इह अपने आप जुड़ जाएगा, नहीं तां तुहानूं वाईफाई नेटवर्क चुनना पवेगा जिहड़ा तुसी जोड़ना चाहुंदे हो। जे पासवर्ड दी लोड़ है तां पासवर्ड दाखिल करो अते कनेक्ट उत्ते मोबाइल ब्रॉडबैंड तकनीक, जो वायरलेस वाइड एरिया नेटवर्क तकनीक भी कहांदी है, मोबाइल नाल इंटरनेट दा जोड़ प्रदान करता है। मोबाइल ब्रॉडबैंड इस्तेमाल करन लई तुहानू डाटा कार्ड अते डाटा योजना दी लोड़ है। इस नाल मोबाइल ब्रॉडबैंड प्रदाता भी होएगा। जदों तुसी डाटा योजना अते तरीका प्राप्त कर लैंदे हो तां निश्चित कर लो कि तुसी अपना सब्सक्राइबर आइडेंटिफाई मॉड्यूल सिम अते सिम वास्ते मोबाइल ब्रॉडबैंड सेवा चालू करानी है। तुहाडा मोबाइल चालक जां फोन दा दुकानदार तुहानू इह करन दी सूचना देवेगा। पहली वारी ब्रॉडबैंड जोड़न लई इन्हां कदमां उत्ते चलो। सूचना खेतर विच नेटवर्क आईकॉन उत्ते क्लिक करके नेटवर्क लई कनेक्ट नू खोलो। अपने मोबाइल उत्ते ब्रॉडबैंड नेटवर्क उत्ते सज्जे क्लिक करो अते फिर कनेक्ट उत्ते क्लिक करो। जे उकसावे बिंदु तक जां डोरी तक पहुंचण लई इस्तेमाल करन वाले दा नां अते पासवर्ड टाइप करो। कोई अपने आप जोड़न वाली सैटिंग तुसी बदलना चाहुंदे हो तां बदलो अते फिर कंटिन्यू उत्ते क्लिक करते हो। ब्रॉडबैंड दा इस्तेमाल करदे होए इंटरनेट नाल जुड़ो। नियत अते खेतर विच नेटवर्क आईकॉन उत्ते क्लिक करदे होए नेटवर्क लई कनेक्ट खोलो। अपने मोबाइल ब्रॉडबैंड नेटवर्क दे नां उत्ते क्लिक करो अते फिर कनेक्ट उत्ते क्लिक करो। जे जरूरी है तां अपना मोबाइल ब्रॉडबैंड पिन टाइप करो अते फिर एंटर दबो। ब्रॉडबैंड इंटरनेट दा कनेक्शन कटण लई इस तरह करो। नियत कीती थां विच नेटवर्क आईकॉन उत्ते क्लिक करते होए नेटवर्क लई कनेक्ट खोलो। मोबाइल ब्रॉडबैंड नेटवर्क दे नां उत्ते क्लिक करो अते फिर
ਡਿਸਕਨੈਕਟ ਉੱਤੇ ਕਲਿੱਕ ਕਰ ਦਿਓ। ਮੈਂ ਇਹ ਵੀ ਸੁਣਿਆ ਹੈ ਕਿ ਕੋਈ ਸਮਾਰਟਫੋਨ ਨੂੰ ਲੈਪਟਾਪ ਨਾਲ ਵੀ ਜੋੜ ਸਕਦਾ ਹੈ, ਕੀ ਇਹ ਸੱਚ ਹੈ ਦੀਦੀ? ਹਾਂ, ਕਿਉਂ ਨਹੀਂ ਰੋਹਨ, ਤੁਸੀਂ ਸਮਾਰਟਫੋਨ ਨੂੰ ਲੈਪਟਾਪ ਨਾਲ ਜੋੜ ਸਕਦੇ ਹੋ। ਜੋੜਨਾ ਜਾਂ ਟੈਥਰ ਕਰਨਾ ਇੱਕ ਸਮਾਰਟਫੋਨ ਜਾਂ ਟੈਬਲੇਟ ਨੂੰ ਅਸਰਕਾਰੀ ਢੰਗ ਨਾਲ ਵਾਈਫਾਈ ਹੌਟਸਪੌਟ ਵਿੱਚ ਬਦਲ ਸਕਦਾ ਹੈ, ਜਿੱਥੋਂ ਤਾਈਂ ਤੁਹਾਡਾ ਲੈਪਟਾਪ ਪਹੁੰਚ ਸਕਦਾ ਹੈ। ਲੈਪਟਾਪ ਨਾਲ ਐਂਡਰਾਇਡ ਫੋਨ ਜਾਂ ਟੈਬਲੇਟ ਜੋੜਨ ਲਈ ਇਹਨਾਂ ਕਦਮਾਂ ਉੱਤੇ ਤੁਰੋ। ਪਹਿਲਾਂ ਬਗੈਰ ਤਾਰ ਦੇ ਅਤੇ ਨੈਟਵਰਕ ਸੈਟਿੰਗ ਮੈਨਿਊ ਵਿੱਚ ਪਹੁੰਚੋ। ਬਗੈਰ ਤਾਰ ਦੇ ਹੌਟਸਪੌਟ ਉਤਪੰਨ ਕਰਨ ਲਈ ਕੁਝ ਫੋਨਾਂ ਦੀਆਂ ਅਰਜ਼ੀਆਂ ਵਿੱਚ ਇੱਕ ਅਰਜ਼ੀ ਹੁੰਦੀ ਹੈ। ਹੁਣ ਟੈਥਰਿੰਗ ਅਤੇ ਪੋਰਟੇਬਲ ਹੌਟਸਪੌਟ ਜਾਂ ਸਿਮਿਲਰ ਵਿਕਲਪ ਉੱਤੇ ਕਲਿੱਕ ਕਰੋ। ਅੱਗੇ ਪੋਰਟੇਬਲ ਵਾਈਫਾਈ ਹੌਟਸਪੌਟ ਜਾਂ ਸਿਮਿਲਰ ਉੱਤੇ ਜਾ ਕੇ ਨੈਟਵਰਕ ਦਾ ਨਾਂ ਜਾਂ ਪਾਸਵਰਡ ਸੈੱਟ ਕਰੋ। ਫਿਰ ਹੇਠਾਂ ਸੱਜੇ ਪਾਸੇ ਨੁੱਕਰ ਵਿੱਚ ਉਪਲਬਧ ਬਗੈਰ ਤਾਰ ਦੇ ਨੈਟਵਰਕ ਦੇ ਜ਼ਰੀਏ ਨੈਟਵਰਕ ਨੂੰ ਲੈਪਟਾਪ ਨਾਲ ਜੋੜੋ। ਇੰਟਰਨੈਟ ਬਾਰੇ ਸਿੱਖਣਾ ਚੰਗਾ ਨਹੀਂ ਲੱਗਾ? ਹੁਣ ਗਤਵਿਧ ਵਿੱਚ ਹਿੱਸਾ ਲੈਣ। ਦੀਦੀ, ਕੀ ਤੁਸੀਂ ਜਾਣਦੇ ਹੋ ਕਿ ਸਾਨੂੰ ਹਾਈਪਰ ਲਿੰਕ ਦੇ ਅੱਗੇ www ਕਿਉਂ ਟਾਈਪ ਕਰਨਾ ਪੈਂਦਾ ਹੈ ਜਦੋਂ ਅਸੀਂ ਇੰਟਰਨੈਟ ਉੱਤੇ ਕੁਝ ਲੱਭ ਰਹੇ ਹੁੰਦੇ ਹਾਂ? www ਯਾਨੀ ਕਿ ਵਰਲਡ ਵਾਈਡ ਵੈਬ। ਮੈਂ ਇਸ ਦੇ ਬਾਰੇ ਵਿੱਚ ਬਹੁਤ ਸੁਣਿਆ ਹੈ, ਕਿਰਪਾ ਕਰਕੇ ਇਸ ਨੂੰ ਵਿਸਤਾਰ ਨਾਲ ਸਮਝਾਓ। ਹਾਂ, ਕਿਉਂ ਨਹੀਂ ਰੋਹਨ, ਮੈਂ ਤੁਹਾਨੂੰ ਦੱਸਦੀ ਹਾਂ ਕਿ ਵਰਲਡ ਵਾਈਡ ਵੈਬ ਕੀ ਹੈ। www ਯਾਨੀ ਕਿ ਵਰਲਡ ਵਾਈਡ ਵੈਬ। ਵਰਲਡ ਵਾਈਡ ਵੈਬ ਜਾਂ ਦੀ ਵੈਬ ਇੰਟਰਨੈਟ ਦਾ ਇੱਕ ਛੋਟਾ ਵੈਬ ਹੈ। ਇਹ ਇਸ ਦਾ ਪਰਾਇਆਵਾਚੀ ਨਹੀਂ ਹੈ। ਵੈਬ ਆਪਣੇ ਅੰਦਰ ਪੰਨੇ ਰੱਖਦਾ ਹੈ ਜਿਹੜੇ ਵੈਬ ਬਰਾਊਜ਼ਰ ਤੱਕ ਪਹੁੰਚਣ ਵਾਸਤੇ ਇਸਤੇਮਾਲ ਹੁੰਦੇ ਹਨ। ਟੈਲਨੈਟ, FTP, ਇੰਟਰਨੈਟ ਗੇਮਿੰਗ, ਇੰਟਰਨੈਟ ਰਿਲੇ ਚਾਟ IRC ਅਤੇ ਈਮੇਲ, ਇਹ ਸਾਰੇ ਇੰਟਰਨੈਟ ਦਾ ਹਿੱਸਾ ਹਨ, ਪਰ ਵਰਲਡ ਵਾਈਡ ਵੈਬ ਦਾ ਹਿੱਸਾ ਨਹੀਂ ਹਨ। ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕਾਲ ਇੱਕ ਤਰੀਕਾ ਹੈ ਜਿਹੜਾ ਤੁਹਾਡੇ ਕੰਪਿਊਟਰ ਤੋਂ ਵੈਬ ਪੰਨੇ ਅੱਗੇ ਦੇਣ ਦੇ ਕੰਮ ਆਉਂਦਾ ਹੈ। ਹਾਈਪਰ ਟੈਕਸਟ ਦੇ ਨਾਲ ਇੱਕ ਸ਼ਬਦ ਜਾਂ ਨਿੱਕੇ ਵਾਕ ਦੂਜੀ ਵੈਬਸਾਈਟ ਨਾਲ ਲਿੰਕ ਰੱਖਣਾ ਕਰਦੇ ਹਨ। ਵਰਲਡ ਵਾਈਡ ਵੈਬ ਦੇ ਇਹ ਅੰਗ ਹਨ ਵੈਬ ਸਰਵਰ, ਵੈਬ ਬਰਾਊਜ਼ਰ, ਵੈਬ ਪੇਜ, ਵੈਬਸਾਈਟ, ਵੈਬ ਐਡਰੈਸ। ਵੈਬ ਸਰਵਰ ਇੱਕ ਵਿਵਸਥਾ ਹੈ ਜਿਹੜਾ ਇੰਟਰਨੈਟ ਉੱਤੇ ਕੰਮ ਕਰਨ ਵਾਲਿਆਂ ਨੂੰ ਵਿਸ਼ੇ ਅਤੇ ਸੇਵਾਵਾਂ ਦਿੰਦਾ ਹੈ। ਵੈਬ ਸਰਵਰ ਕੰਪਿਊਟਰ ਹਨ ਜਿਹੜੇ ਵੈਬ ਪੰਨੇ ਦਿੰਦੇ ਹਨ। ਹਰ ਵੈਬ ਸਰਵਰ ਕੋਲ ਇੱਕ IP ਪਤਾ ਅਤੇ ਖੇਤਰ ਦਾ ਨਾਂ ਹੁੰਦਾ ਹੈ। ਮਿਸਾਲ ਦੇ ਤੌਰ ਤੇ, ਜੇ ਤੁਸੀਂ ਆਪਣੇ ਬਰਾਊਜ਼ਰ ਵਿੱਚ URL http://www.google.com/index.html ਦਾਖਲ ਕਰਦੇ ਹੋ, ਇਹ ਵੈਬ ਸਰਵਰ ਨੂੰ ਗੁਜ਼ਾਰਿਸ਼ ਭੇਜਦਾ ਹੈ ਜਿਸ ਦੇ ਖੇਤਰ ਦਾ ਨਾਂ google.com ਹੈ। ਫਿਰ ਸਰਵਰ ਜਾ ਕੇ ਲਿਆਉਂਦਾ ਹੈ ਪੇਜ ਨੇਮਡ index.html ਅਤੇ ਤੁਹਾਡੇ ਬਰਾਊਜ਼ਰ ਵਿੱਚ ਭੇਜਦਾ ਹੈ। ਵੈਬ ਬਰਾਊਜ਼ਰ ਇੱਕ ਸੌਫਟਵੇਅਰ ਅਰਜ਼ੀ ਹੈ ਜਿਹੜੀ ਵਰਲਡ ਵਾਈਡ ਵੈਬ, ਵੈਬ ਸਮੇਤ ਤਸਵੀਰਾਂ, ਵੀਡੀਓ ਅਤੇ ਦੂਜੀਆਂ ਫਾਈਲਾਂ ਲੱਭਣ, ਦੁਬਾਰਾ ਪ੍ਰਾਪਤ ਕਰਨ ਅਤੇ ਪੇਸ਼ ਕਰਨ ਵਿੱਚ ਵਰਤੀ ਜਾਂਦੀ ਹੈ। ਇੱਕ ਗ੍ਰਾਹਕ ਸਰਵਰ ਮਾਡਲ ਦੇ ਨਾਤੇ ਬਰਾਊਜ਼ਰ ਗ੍ਰਾਹਕ ਹੈ ਜਿਹੜਾ ਕੰਪਿਊਟਰ ਉੱਤੇ ਚੱਲਦਾ ਹੈ। ਉਹ ਵੈਬ ਸਰਵਰ ਨਾਲ ਸੰਪਰਕ ਕਰਦਾ ਹੈ ਅਤੇ ਸੂਚਨਾ ਲਈ ਗੁਜ਼ਾਰਿਸ਼ ਕਰਦਾ ਹੈ। ਵੈਬ ਸਰਵਰ ਸੂਚਨਾ ਨੂੰ ਵੈਬ ਬਰਾਊਜ਼ਰ ਵਿੱਚ ਵਾਪਸ ਭੇਜਦਾ ਹੈ ਜਿਸ ਵਿੱਚ ਕੰਪਿਊਟਰ ਉੱਤੇ ਨਤੀਜੇ ਵਿਖਾਏ ਜਾਂਦੇ ਹਨ, ਜਾਂ ਦੂਜਾ ਇੰਟਰਨੈਟ ਦੀ ਸਮਰੱਥਾ ਵਾਲਾ ਤਰੀਕਾ ਹੈ ਜਿਹੜਾ ਬਰਾਊਜ਼ਰ ਨੂੰ ਸਮਰਥਨ ਦਿੰਦਾ ਹੈ। ਵੈਬ ਪੰਨੇ ਹਨ ਜਿਹੜੇ ਵਰਲਡ ਵਾਈਡ ਵੈਬ ਨੂੰ ਸਵਾਰਦੇ ਹਨ। ਇਹ ਦਸਤਾਵੇਜ਼ HTML ਜਾਂ ਹਾਈਪਰ ਟੈਕਸਟ ਮਾਰਕਅਪ ਭਾਸ਼ਾ ਵਿੱਚ ਲਿਖੇ ਅਤੇ ਅਨੁਵਾਦ ਕੀਤੇ ਜਾਂਦੇ ਹਨ। ਇਹ ਵੈਬ ਬਰਾਊਜ਼ਰ ਦੁਆਰਾ ਹੁੰਦਾ ਹੈ।
ਵੈਬ ਪੇਜ ਜਾਂ ਤਾਂ ਅੰਕੜੇ ਹੋ ਸਕਦੇ ਹਨ ਅਤੇ ਜਾਂ ਸ਼ਕਤੀਵਰ। ਅੰਕੜੇ ਪੰਨੇ ਹਰ ਵਾਰੀ ਤੁਹਾਨੂੰ ਇੱਕੋ ਹੀ ਤਰ੍ਹਾਂ ਦੀ ਚੀਜ਼ ਵਿਖਾਉਣਗੇ। ਸ਼ਕਤੀਵਰ ਪੰਨਿਆਂ ਤੱਕ ਤੁਸੀਂ ਜਦ ਵੀ ਪਹੁੰਚੋਗੇ ਹਰ ਵਾਰੀ ਵੱਖਰੀ ਸਮੱਗਰੀ ਮਿਲੇਗੀ। ਇਹ ਪੰਨੇ ਮੂਲ ਤੌਰ ਤੇ ਲਿਪੀ ਭਾਸ਼ਾਵਾਂ ਵਿੱਚ ਲਿਖੇ ਜਾਂਦੇ ਹਨ, ਜਿਵੇਂ PHP, ਪਰਲ, ASP, IK, JSP। ਵੈਬਸਾਈਟ ਵਰਲਡ ਵਾਈਡ ਵੈਬ ਉੱਤੇ ਇੱਕ ਦੂਜੇ ਨਾਲ ਜੁੜਿਆ ਪੰਨਿਆਂ ਦਾ ਗਰੁੱਪ ਹੈ। ਇਹ ਆਮ ਤੌਰ ਤੇ ਇੱਕ ਵਿਸ਼ੇ ਨੂੰ ਸਮਰਪਿਤ ਹੁੰਦਾ ਹੈ ਜਾਂ ਫਿਰ ਕਈ ਇੱਕ ਦੂਜੇ ਨਾਲ ਜੁੜਦੇ ਵਿਸ਼ੇ। ਜਿਹੜਾ ਪਹਿਲਾ ਵੈਬ ਪੰਨਾ ਦਿਸਦਾ ਹੈ ਜਦੋਂ ਤੁਸੀਂ ਵੈਬਸਾਈਟ ਉੱਤੇ ਪਹੁੰਚਦੇ ਹੋ, ਇਹ ਹੋਮ ਪੇਜ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਵੈਬ ਪਤਾ ਇੱਕ ਡੋਰ ਵਾਲਾ ਪਤਾ ਹੈ ਜਿਸ ਵਿੱਚ ਮੂਲ ਲਿਪੀ, ਖੇਤਰ ਦਾ ਨਾਂ ਅਤੇ ਫਾਈਲ ਦਾ ਰਾਹ ਦੱਸਿਆ ਜਾਂਦਾ ਹੈ। ਇਹਨੂੰ ਆਮ ਤੌਰ ਤੇ ਇੰਟਰਨੈਟ ਉੱਤੇ ਵੈਬ ਪੇਜ ਦਾ ਪਤਾ, ਤਸਵੀਰ ਜਾਂ ਹੋਰ ਦਸਤਾਵੇਜ਼ ਲੱਭਣ ਲਈ ਇਸਤੇਮਾਲ ਕਰਦੇ ਹਨ। ਵੈਬ ਬਰਾਊਜ਼ਰ ਅਰਜ਼ੀਆਂ ਪੇਸ਼ ਕਰਨ ਵਾਲੇ ਪ੍ਰੋਗਰਾਮ ਹਨ ਜਿਹੜੇ ਵਰਲਡ ਵਾਈਡ ਵੈਬ ਉੱਤੇ ਸੂਚਨਾ ਤੱਕ ਪਹੁੰਚਣ ਵਾਸਤੇ ਵਿਕਸਿਤ ਕੀਤੇ ਗਏ ਹਨ। ਵੈਬ ਬਰਾਊਜ਼ਰ ਵੱਲੋਂ ਡਾਊਨਲੋਡ, ਬੁੱਕਮਾਰਕਸ ਅਤੇ ਨਾਲ ਹੀ ਪਾਸਵਰਡ ਪ੍ਰਬੰਧਨ ਤੋਂ ਅਲਾਵਾ ਆਮ ਖੂਬੀਆਂ ਪ੍ਰਸਤਾਵਿਤ ਕੀਤੀਆਂ ਜਾਂਦੀਆਂ ਹਨ। ਉਹ ਇਹ ਕੰਮ ਵੀ ਪ੍ਰਸਤਾਵਿਤ ਕਰਦੇ ਹਨ ਜਿਵੇਂ ਸਪੈਲ ਚੈੱਕ, ਸਰਚ ਇੰਜਨ ਟੂਲਬਾਰਸ, ਟੈਬਡ ਬਰਾਊਜ਼ਿੰਗ, ਐਡਵਰਟਾਈਜ਼ਮੈਂਟ ਫਿਲਟਰਿੰਗ ਅਤੇ HTML ਐਕਸੈਸ ਕੀਜ਼, ਪੌਪਅਪ ਅਤੇ ਬਲੌਕਿੰਗ। ਹੁਣ ਤਰ੍ਹਾਂ ਤਰ੍ਹਾਂ ਦੇ ਵੈਬ ਬਰਾਊਜ਼ਰ ਬਾਰੇ ਸਿੱਖਦੇ ਹਾਂ। ਵੱਖ ਵੱਖ ਤਰ੍ਹਾਂ ਦੇ ਵੈਬ ਬਰਾਊਜ਼ਰ ਇਹ ਹਨ: ਇੰਟਰਨੈਟ ਐਕਸਪਲੋਰਰ, ਫਾਇਰਫੌਕਸ, ਕਰੋਮ, ਓਪੇਰਾ, ਸਫਾਰੀ। ਇੰਟਰਨੈਟ ਐਕਸਪਲੋਰਰ ਮਾਈਕ੍ਰੋਸੋਫਟ ਦੁਆਰਾ ਵਿਕਸਿਤ ਕੀਤਾ ਗਿਆ ਸੀ ਤੇ 1995 ਵਿੱਚ ਚਲਾਉਣ ਵਾਲੀਆਂ ਵਿਵਸਥਾਵਾਂ ਦੇ ਮਾਈਕ੍ਰੋਸੋਫਟ ਵਿੰਡੋ ਲਾਈਨ ਦੇ ਸਮਰਥਨ ਪੈਕੇਜ ਦੇ ਤੌਰ ਤੇ ਜਾਣੂ ਹੋਇਆ ਸੀ। ਇਹ ਸੰਸਾਰ ਵਿੱਚ ਆਮ ਤੌਰ ਤੇ ਬਹੁਤ ਸਾਰੇ ਲੋਕਾਂ ਵੱਲੋਂ ਇਸਤੇਮਾਲ ਕੀਤਾ ਜਾਂਦਾ ਬਰਾਊਜ਼ਰ ਹੈ। ਇਹ ਬਰਾਊਜ਼ਰ ਸੌਖੇ ਹੀ ਆਨਲਾਈਨ ਉੱਤੇ ਚੱਲਣ ਦੇ ਨਾਲ ਨਾਲ ਛੇਤੀ ਸਵਾਲਾਂ ਦੀ ਖੋਜ ਅਤੇ ਪ੍ਰਭਾਵਸ਼ਾਲੀ ਸੁਰੱਖਿਆ ਤਕਨੀਕਾਂ ਤੱਕ ਪਹੁੰਚਣ ਵਾਸਤੇ ਬਹੁਤ ਵਧੀਆ ਹੈ। ਫਾਇਰਫੌਕਸ ਮੋਜ਼ਿਲਾ ਤੋਂ ਪ੍ਰਾਪਤ ਹੋਇਆ ਬਰਾਊਜ਼ਰ ਹੈ ਅਤੇ ਇਹ ਇੰਟਰਨੈਟ ਉੱਤੇ ਵਧੀਆ ਸੰਸਾਰ ਦਾ ਦੂਜਾ ਸਭ ਤੋਂ ਜ਼ਿਆਦਾ ਲੋਕ ਪਾਉਂਦਾ ਬਰਾਊਜ਼ਰ ਹੈ। ਦੀਦੀ, ਤੁਸੀਂ ਆਪਣੇ ਕੰਪਿਊਟਰ ਉੱਤੇ ਫਾਇਰਫੌਕਸ ਨਹੀਂ ਵਰਤ ਰਹੇ? ਹਾਂ, ਇਹੀ ਹੈ ਜਿਹੜੀ ਮੈਂ ਆਪਣੇ ਕੰਪਿਊਟਰ ਵਿੱਚ ਇਸਤੇਮਾਲ ਕਰ ਰਹੀ ਹਾਂ। ਗੂਗਲ ਕਰੋਮ ਗੂਗਲ ਵੱਲੋਂ ਵਿਕਸਿਤ ਕੀਤਾ ਗਿਆ ਇੱਕ ਵੈਬ ਬਰਾਊਜ਼ਰ ਹੈ। ਗੂਗਲ ਨੂੰ ਤੇਜ, ਸੁਰੱਖਿਅਕ ਅਤੇ ਸੌਖਾ ਬਣਾਉਣ ਲਈ ਇਹ ਤਾਰਕਕ ਤਕਨੀਕ ਨਾਲ ਬਣੇ ਸੂਖਮ ਨਮੂਨੇ ਨਾਲ ਜੋੜਨਾ ਹੈ। ਓਪੇਰਾ 1996 ਵਿੱਚ ਓਪੇਰਾ ਸੋਫਟਵੇਅਰ ਵੱਲੋਂ ਬਣਾਇਆ ਗਿਆ ਹੈ। ਓਪੇਰਾ ਦੂਜੇ ਬਰਾਊਜ਼ਰ ਨਾਲੋਂ ਛੋਟਾ ਅਤੇ ਤੇਜ ਗਤੀ ਵਾਲਾ ਹੈ। ਇਹ ਕੀਬੋਰਡ ਇੰਟਰਫੇਸ, ਮਲਟੀਪਲ ਵਿੰਡੋਜ਼ ਅਤੇ ਜ਼ੂਮ ਕੰਮਾਂ ਅਤੇ ਹੋਰ ਕਈ ਕੰਮਾਂ ਵਾਸਤੇ ਤੇਜ ਅਤੇ ਮਿੱਤਰਾਂ ਵਾਂਗ ਵਰਤਣ ਵਾਲਾ ਹੈ। ਇਹ ਬਰਾਊਜ਼ਰ ਜਾਵਾ ਅਤੇ ਨਾਨ ਜਾਵਾ ਸਮਰੱਥ ਬਿਊਰਿਆਂ ਨਾਲ ਉਪਲਬਧ ਹੈ। ਇਹ ਇੰਟਰਨੈਟ ਉੱਤੇ ਨਵੇਂ ਕੰਮ ਕਰਨ ਵਾਲਿਆਂ ਲਈ ਆਦਰਸ਼ ਬਰਾਊਜ਼ਰ ਹੈ। ਐਪਲ ਵੱਲੋਂ ਇਜਾਦ ਕੀਤਾ ਗਿਆ ਸਫਾਰੀ ਇੱਕ ਵੈਬ ਬਰਾਊਜ਼ਰ ਹੈ ਅਤੇ ਮੈਕ OS X ਨਾਲ ਰਲਿਆ ਹੋਇਆ ਹੈ। ਇਸ ਨੂੰ ਪਬਲਿਕ ਬੀਟਾ ਦੇ ਤੌਰ ਤੇ ਪਹਿਲੀ ਵਾਰੀ ਜਨਵਰੀ 2003 ਵਿੱਚ ਰਿਲੀਜ਼ ਕੀਤਾ ਗਿਆ ਸੀ। ਇਹ ਬਰਾਊਜ਼ਰ ਸਾਰੀਆਂ ਨਵੀਆਂ ਤਕਨੀਕਾਂ ਜਿਵੇਂ XHTML, CSS2 ਆਦਿ ਨੂੰ ਸਮਰਥਨ ਦਿੰਦਾ ਹੈ। ਠੀਕ ਹੈ ਰੋਹਨ, ਬਰਾਊਜ਼ਰ ਖੋਲਣ ਲਈ ਜ਼ਰਾ ਇਹਨਾਂ ਚੀਜ਼ਾਂ ਤੇ ਧਿਆਨ ਦਿਓ। ਸਟਾਰਟ ਬਟਨ ਦੱਬੋ, ਆਲ ਪ੍ਰੋਗਰਾਮਸ ਵਿੱਚ ਜਾਓ ਅਤੇ ਕਿਸੇ ਵੀ ਇੱਕ ਬਰਾਊਜ਼ਰ ਉੱਤੇ ਕਲਿੱਕ ਕਰੋ। ਬਰਾਊਜ਼ਿੰਗ ਵਿੰਡੋਜ਼ ਵਿਖਾਈ ਦਿੰਦੀਆਂ ਹਨ। ਆਮ ਤੌਰ ਤੇ ਵੈਬ ਬਰਾਊਜ਼ਰਜ਼ ਇਹਨਾਂ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਟਾਈਟਲ ਬਾਰ ਵੈਬ, ਪੰਨੇ ਦਾ ਨਾਂ ਅਤੇ ਵੈਬ ਬਰਾਊਜ਼ਰ ਵਿਖਾਉਂਦੇ ਹਨ। ਇਹਦੇ ਅੰਦਰ ਤਿੰਨ ਵਿੰਡੋ ਬਟਨ ਹਨ, ਮਿਨੀਮਾਈਜ਼, ਰੀਸਟੋਰ ਡਾਊਨ ਜਾਂ ਮੈਕਸੀਮਾਈਜ਼ ਅਤੇ ਕਲੋਜ਼। ਵੈਬਸਾਈਟ ਦਾ ਨਾਂ
ਜਾਂ URL ਜਿਹੜਾ ਬ੍ਰਾਊਜ਼ਰ ਤੁਸੀਂ ਚਾਹੁੰਦੇ ਹੋ ਉਹ ਐਡਰੈਸ ਬਾਰ ਵਿੱਚ ਟਾਈਪ ਕੀਤਾ ਹੋਇਆ ਹੈ। ਇਹਦੇ ਵਿੱਚ ਗੋ ਜਾਂ ਰੀਫਰੈਸ਼ ਸਟਾਪ ਬਟਨ ਹਨ। ਗੋ ਬਟਨ ਤੁਹਾਡੀ ਵੈਬ ਪੇਜ ਜਾਂ ਵੈਬਸਾਈਟ ਲੋਡ ਕਰਨ ਵਿੱਚ ਮਦਦ ਕਰਦਾ ਹੈ। ਰੀਫਰੈਸ਼ ਬਟਨ ਵੈਬ ਪੇਜ ਨੂੰ ਦੁਬਾਰਾ ਲੋਡ ਕਰਨ ਵਿੱਚ ਮਦਦ ਕਰਦਾ ਹੈ। ਸਟਾਪ ਬਟਨ ਬੰਦ ਕਰ ਦਿੰਦਾ ਹੈ ਜੇ ਐਕਸਪਲੋਰਰ ਦੁਆਰਾ ਕੋਈ ਤੁਰੰਤਾ ਕੰਮ ਚੱਲ ਰਹੇ ਹੋਣ। ਐਡਰੈਸ ਬਾਰ ਦੇ ਖੱਬੇ ਪਾਸੇ ਬੈਕ ਅਤੇ ਫਾਰਵਰਡ ਦੇ ਬਟਨ ਹਨ। ਬਟਨ ਵੈਬਸਾਈਟ ਨੂੰ ਪਿੱਛੇ ਤੇ ਅੱਗੇ ਚਲਾਉਣ ਵਿੱਚ ਮਦਦ ਕਰਦੇ ਹਨ ਜਿਹੜੀਆਂ ਤੁਸੀਂ ਹੁਣੇ ਖੋਲੀਆਂ ਹਨ। ਮੈਨਿਊ ਬਾਰ ਵਿੱਚ ਕਈ ਤਰ੍ਹਾਂ ਦੇ ਮੈਨਿਊ ਵਿਕਲਪ ਹਨ ਜਿਵੇਂ ਫਾਈਲ, ਐਡਿਟ, ਵਿਊ, ਫੇਵਰੇਟਸ, ਟੂਲਸ ਅਤੇ ਹੈਲਪ। ਵੈਬ ਪੇਜ ਖੇਤਰ ਉਹ ਖੇਤਰ ਹੈ ਜਿੱਥੇ ਵੈਬਸਾਈਟ ਜਾਂ ਵੈਬ ਪੇਜ ਵਿਖਾਇਆ ਜਾਂਦਾ ਹੈ। ਸਟੇਟਸ ਬਾਰ ਵੈਬਸਾਈਟ ਵੈਬ ਪੇਜ ਦੀ ਤਰੱਕੀ ਜਾਂ ਸਟੇਟਸ ਜਿਵੇਂ ਵੇਟਿੰਗ, ਲੋਡਿੰਗ ਜਾਂ ਡਨ ਵਿਖਾਉਂਦਾ ਹੈ। ਸਰਚ ਇੰਜਨਸ ਵੈਬਸਾਈਟਸ ਹਨ ਜਿਨ੍ਹਾਂ ਦਾ ਮੰਤਵ ਸੂਚਨਾ ਭਰੀ ਵੈਬਸਾਈਟਸ ਨੂੰ ਲੱਭਣਾ ਹੈ। ਜਿਸ ਨੂੰ ਇਸਤੇਮਾਲ ਕਰਨ ਵਾਲਾ ਲੱਭ ਰਿਹਾ ਹੈ ਪਰ ਉਹ ਵੈਬਸਾਈਟ ਲੱਭਣ ਦਾ ਸਹੀ ਪਤਾ ਨਹੀਂ ਜਾਣਦਾ। ਕੁਝ ਆਮ ਤੌਰ ਤੇ ਵਰਤੇ ਜਾਣ ਵਾਲੇ ਸਰਚ ਇੰਜਨਸ ਯਾਹੂ ਅਤੇ MSN ਹਨ। ਗੂਗਲ ਸਭ ਤੋਂ ਵੱਧ ਮਨ ਪਾਉਂਦਾ ਸਰਚ ਇੰਜਨ ਹੈ। CES ਬਿਜਲੀ ਨਾਲ ਚੱਲਣ ਵਾਲੇ ਤਰੀਕੇ ਇਸਤੇਮਾਲ ਕਰਦਾ ਹੈ ਜੋ ਰੋਬੋਟਸ ਅਤੇ ਸਪਾਈਡਰਸ ਕਹਾਉਂਦੇ ਹਨ ਜੋ ਵੈਬ ਨੂੰ ਤਰੰਗਤ ਕਰਦੇ ਹਨ। ਇਹ ਇੰਟਰਨੈਟ ਦੇ ਆਲੇ ਦੁਆਲੇ ਭੱਜਦੇ ਰਹਿੰਦੇ ਨੇ। ਨਾਲ WWW ਵੀ ਗੁਜ਼ਾਰਿਸ਼ ਕੀਤੀ ਸੂਚਨਾ ਨੂੰ ਲੱਭਦਾ ਹੈ। ਮਲਟੀ ਜਾਂ ਮੇਟਾ SE ਤੁਹਾਡੇ ਕੀਵਰਡਸ ਨੂੰ ਲੱਭਣ ਲਈ ਇੱਕ ਤੋਂ ਵੱਧ ਨਿੱਜੀ SES ਕਾਮਿਆਂ ਨੂੰ ਲਾਉਂਦਾ ਹੈ। ਗੂਗਲ ਅਤੇ ਬਿੰਗ SE ਦੀਆਂ ਦੋ ਮਿਸਾਲਾਂ ਹਨ। ਡਾਇਰੈਕਟਰੀ ਵੈਬਸਾਈਟ ਦੀ ਡਾਇਰੈਕਟਰੀ ਇਸਤੇਮਾਲ ਕਰਦੀ ਹੈ ਜਿਹੜੀ ਮਨੁੱਖ ਵੱਲੋਂ ਜਾਂਚੀ ਗਈ ਅਤੇ ਵਰਗ ਬਣਾ ਕੇ ਇਹਨਾਂ ਵਿੱਚ ਸੂਚਨਾ ਪਾਈ ਗਈ ਹੁੰਦੀ। ਯਾਹੂ ਡਾਇਰੈਕਟਰੀ SE ਦੀ ਇੱਕ ਮਿਸਾਲ ਹੈ। ਸਰਚ ਇੰਜਨ ਔਜ਼ਾਰ ਹਨ ਜਿਹੜੇ ਇੰਟਰਨੈਟ ਉੱਤੇ ਸੂਚਨਾ ਲੱਭਣ ਵਿੱਚ ਇਸਤੇਮਾਲ ਹੁੰਦੇ ਹਨ। ਸਰਚ ਇੰਜਨਸ ਵੈਬ ਪੰਨਿਆਂ ਵਾਂਗ ਹੁੰਦੇ ਹਨ ਅਤੇ ਇਹ ਵੈਬ ਬ੍ਰਾਊਜ਼ਰ ਇਸਤੇਮਾਲ ਕਰਦੇ ਹੋਏ ਖੋਲ੍ਹੇ ਜਾਂਦੇ ਹਨ। ਆਮ ਤੌਰ ਤੇ ਖੋਜਾਂ ਇੱਕ ਸ਼ਬਦ ਜਾਂ ਸ਼ਬਦਾਂ ਦੇ ਮੇਲ ਜਾਂ ਵਿਸ਼ੇ ਉੱਤੇ ਆਧਾਰਿਤ ਹੁੰਦੀਆਂ ਹਨ। ਇੱਕ ਸ਼ਬਦ ਜਾਂ ਨਿੱਕੇ ਵਾਕ ਕੀਵਰਡਸ ਦੇ ਨਾਂ ਤੋਂ ਜਾਣੇ ਜਾਂਦੇ ਹਨ। ਖੋਜ ਦੇ ਨਤੀਜੇ ਵਿੱਚ ਵੈਬ ਪੰਨੇ, ਤਸਵੀਰਾਂ, ਸੂਚਨਾ ਅਤੇ ਕੁਝ ਹੋਰ ਤਰ੍ਹਾਂ ਦੀਆਂ ਫਾਈਲਾਂ ਹੋ ਸਕਦੀਆਂ ਹਨ। ਇਹ ਸਰਚ ਇੰਜਨ ਦੀਦੀ ਇੰਟਰਨੈਟ ਉੱਤੇ ਕੋਈ ਵੀ ਚੀਜ਼ ਖੋਜਣ ਲਈ ਸਰਚ ਇੰਜਨ ਦਾ ਇਸਤੇਮਾਲ ਕਿਵੇਂ ਹੁੰਦਾ ਹੈ? ਖੋਜਦੇ ਹੋਏ ਗੂਗਲ ਦਾ ਇਸਤੇਮਾਲ ਕਰਦੇ ਸਿਰਫ ਇਹ ਗੱਲਾਂ ਚੇਤੇ ਰੱਖੋ। ਗੂਗਲ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਸਰਚ ਇੰਜਨ। ਪਹਿਲਾਂ ਵੈਬ ਬ੍ਰਾਊਜ਼ਰ ਸ਼ੁਰੂ ਕਰੋ। ਅੱਗੇ ਐਡਰੈਸ ਜਾਂ ਲੋਕੇਸ਼ਨ ਬਾਰ ਉੱਤੇ ਟਾਈਪ ਕਰੋ https://www.google.co.in/। ਮੰਨ ਲਓ ਤੁਸੀਂ ਪਿੰਡਾਂ ਵਿੱਚ ਸਕੂਲ ਵਿਸ਼ੇ ਤੇ ਜਾਣਕਾਰੀ ਚਾਹੁੰਦੇ ਹੋ। ਇਹ ਸ਼ਬਦ ਇਸ ਤਰ੍ਹਾਂ ਟਾਈਪ ਕਰੋ। ਹੁਣ ਖੋਜ ਸ਼ੁਰੂ ਕਰਨ ਲਈ ਸਰਚ ਬਟਨ ਦੱਬੋ ਜਾਂ ਕਿ ਬੋਰਡ ਉੱਤੇ ਐਂਟਰ ਕੀ ਨੂੰ ਦੱਬ ਦਿਓ। ਨਤੀਜੇ ਵਜੋਂ ਆਈ ਲਿੰਕਸ ਦੀ ਸੂਚੀ ਵੇਖੋ। ਹਰ ਵੈਬਸਾਈਟ ਦਾ ਸੂਖਮ ਬਿਓਰਾ ਤੁਹਾਨੂੰ ਦਿਸੇਗਾ। ਜਿਹੜਾ ਲਿੰਕ ਜ਼ਿਆਦਾ ਲੋੜਵੰਦ ਲੱਗੇ ਉਸ ਉੱਤੇ ਕਲਿੱਕ ਕਰੋ। ਜੇ ਤੁਸੀਂ ਕਿਸੇ ਹੋਰ ਵਿਸ਼ੇ ਉੱਤੇ ਜਾਣਕਾਰੀ ਚਾਹੁੰਦੇ ਹੋ ਤਾਂ ਸਰਚ ਇੰਜਨ ਦੇ ਹੋਮ ਪੇਜ ਵਿੱਚ ਵਾਪਸ ਜਾਣ ਲਈ ਬੈਕ ਬਟਨ ਉੱਤੇ ਕਲਿੱਕ ਕਰੋ। ਹੁਣ ਕੀਵਰਡਸ ਵਿੱਚ ਟਾਈਪ ਕਰੋ ਜਿਹੜੀ ਸੂਚਨਾ ਤੁਸੀਂ ਚਾਹੁੰਦੇ ਹੋ। ਅੱਗੇ ਸਰਚ ਬਟਨ ਉੱਤੇ ਕਲਿੱਕ ਕਰੋ। ਕਈ ਤਰ੍ਹਾਂ ਦੀਆਂ ਵੈਬਸਾਈਟਸ ਤੁਹਾਨੂੰ ਦਿਸਣਗੀਆਂ। ਲੋੜੀਂਦਾ ਸਹੀ ਲਿੰਕ ਚੁਣੋ ਅਤੇ ਜਿਹੜੀ ਸੂਚਨਾ ਚਾਹੀਦੀ ਹੈ ਉਹ ਪੜ੍ਹੋ। ਜੇ ਤੁਹਾਨੂੰ ਕੋਈ ਲਿੰਕ ਬਹੁਤ ਚੰਗਾ ਲੱਗਦਾ ਹੈ ਤਾਂ ਉਸ ਪੰਨੇ ਉੱਤੇ ਤੁਸੀਂ ਦੁਬਾਰਾ ਆਉਣਾ ਚਾਹੁੰਦੇ ਹੋ, ਤੁਸੀਂ ਉਸ ਪੰਨੇ ਨੂੰ ਬੁੱਕਮਾਰਕ ਕਰ ਸਕਦੇ ਹੋ। ਹੁਣ ਬਾਹਰ ਨਿਕਲਣ ਲਈ ਬ੍ਰਾਊਜ਼ਿੰਗ ਵਿੰਡੋ ਉੱਤੇ ਠੀਕ ਉੱਪਰ ਸੱਜੇ ਪਾਸੇ ਨੁੱਕਰ ਉੱਤੇ ਦਿਸਦੇ
ਕਲੋਜ਼ ਬਟਨ ਉੱਤੇ ਕਲਿੱਕ ਕਰ ਦਿਓ। ਹੁਣ ਰੋਹਨ, ਮੈਂ ਚਾਹੁੰਦੀ ਹਾਂ ਕਿ ਆਪਣੇ ਆਪ ਸਰਚ ਇੰਜਨ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰੋ। ਹਾਂ, ਸਿਰਫ ਇਹ ਦੱਸੋ ਕਿ ਕੀ ਲੱਭਾਂ। ਠੀਕ ਹੈ, ਗੂਗਲ ਦਾ ਇਸਤੇਮਾਲ ਕਰਦੇ ਹੋਏ ਕੰਪਿਊਟਰ ਲਿਟਰੇਸੀ ਇਨ ਰੂਰਲ ਇੰਡੀਆ ਉੱਤੇ ਸਰਚ ਕਰੋ। ਕਦਮ 1, ਵੈਬ ਬਰਾਊਜ਼ਰ ਖੋਲੋ। ਕਦਮ 2, ਐਡਰੈਸ ਬਾਰ ਵਿੱਚ www.google.com ਟਾਈਪ ਕਰੋ। ਕਦਮ 3, ਸਰਚ ਬਾਕਸ ਵਿੱਚ ਕੰਪਿਊਟਰ ਲਿਟਰੇਸੀ ਇਨ ਰੂਰਲ ਇੰਡੀਆ ਟਾਈਪ ਕਰੋ। ਕਦਮ 4, ਗੂਗਲ ਸਰਚ ਉੱਤੇ ਕਲਿੱਕ ਕਰੋ। ਕਦਮ 5, ਕੰਪਿਊਟਰ ਲਿਟਰੇਸੀ ਇਨ ਰੂਰਲ ਇੰਡੀਆ ਦੇ ਕਈ ਨਤੀਜੇ ਦਿਖਾਈ ਦੇਣਗੇ। ਹੁਣ ਤੁਸੀਂ ਇੰਟਰਨੈਟ ਬਾਰੇ ਬਹੁਤ ਕੁਝ ਜਾਣ ਗਏ, ਚਲੋ ਇਸ ਗਤੀਵਿਧੀ ਵਿੱਚ ਹਿੱਸਾ ਲੈਂਦੇ ਹਾਂ।